ਸਾਸਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਜ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਾਂ ਪਿੰਡ ਰਾਮਪੁਰਾ ਪਹੁੰਚ ਚੁੱਕੇ ਜੀ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ, ਤਹਿਸੀਲ ਵੀ ਅੰਮ੍ਰਿਤਸਰ। ਬਾਈ ਮੰਗੇ ਕੋਲ ਆ ਚੁੱਕੇ ਜੀ। ਦੇਖੋ ਅੱਜ ਵੀ ਬਾਈ ਕੋਲ 7-8 ਦੇ ਲੱਗਭਗ ਪਸ਼ੂ ਸੇਲ ਆ, ਅਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਸੰਦੀਪ ਜੀ ਹੋਰ ਬਾਈ ਜੀ ਚੜ੍ਹਦੀ ਕਲਾ ਜੀ ਮਿਲਾਂ ਜੀ ਕਿਰਪਾ ਬਾਬੇ ਦੀ ਵੇਖਿਆ ਮਾਲ ਮਾਲ ਵੇਖਿਆ ਉਦੋਂ ਵੀ ਵੇਖਿਆ ਸੀ ਐਵੇਂ ਲੋਕਾਂ ਕਹੀਏ 5 ਮਿੰਟਾਂ ਵੀ ਵੇਖਿਆ ਸ਼ਾਮਾਂ ਤੱਕ ਵੇਖ ਗਿਆ ਐਵੇਂ ਕਹੀਏ ਹਾਂਜੀ ਹਾਂਜੀ ਹੌਲੀ ਹੌਲੀ ਚਲੋ 5 ਮਿੰਟ ਦਾ ਭਾਜੀ ਕਿਸੇ ਵੇਲੇ ਕਿਸੇ ਕੋਈ ਜਿਹੜੀ ਉਹ ਲੇਟ ਜਾਂਦੀ ਹੈ ਕਿਸੇ ਵੇਲੇ ਹਾਂ ਨਹੀਂ ਬਿਲਕੁਲ ਜਿਹਨੇ ਪੈਸੇ ਖਾਧੇ ਉਹਨੇ ਵੇਖ ਕੇ ਤਸੱਲੀ ਕਰਕੇ ਫੇਰ ਹੀ ਲੈਣੇ ਇਹ ਥੋੜ੍ਹੀ ਵੀ ਰੁਖਾਉਣ ਲੱਗੇ ਤੋੜ ਕੇ 5 ਮਿੰਟਾਂ ਖੜੇ ਕਰੀ ਨਾ ਨਾ ਬਿਲਕੁਲ ਭਾਜੀ ਉਹਨੂੰ ਵੇਖ ਕੇ ਤਸੱਲੀ ਕਰਕੇ ਲੈਣੇ ਭਾਜੀ ਅੱਜ ਫਿਰ ਕਿੰਨੀਆਂ ਠੀਕ ਖੋਲੋ 13-14 ਕਿਲੋ ਡੱਬਿਆਂ ਵਾਲਾ ਬਿਲਕੁਲ ਆ ਵੇਖੋ ਜੀ ਬਿਲਕੁਲ ਭਾਜੀ ਬਿਲਕੁਲ ਸਹੀ ਗੱਲ ਆ ਵੇਖੋ ਜੀ ਭਾਜੀ ਵੇਖੋ ਬਿਲਕੁਲ ਬਿਲਕੁਲ ਕਿੰਨੇ ਦਾ ਦੁੱਧ ਆ ਸ਼ਰਮ ਹੈ ਨੀ ਲੋਕਾਂ ਨੂੰ ਬਾਜੀ ਇਹਨਾਂ ਨੂੰ ਦੱਸੀ ਜਾਂਦਾ ਹਾਂਜੀ ਸੰਦੀਪ ਜੀ ਮੁੱਲ ਜੋ ਮੱਕੀ ਕਰਾ ਲਏ ਹਾਂਜੀ ਫਿਰ 55 ਸੱਠ ਦੀ ਆ ਨਾ ਆਪਾਂ 55 ਸੱਠ ਕਰਨਾ ਤੇ ਨਾ ਆਪਾਂ ਕੋਈ 45 ਦੇ ਦਈਏ ਠੀਕ ਹੈ 45 ਮਿਲ ਗਏ ਜੈ ਜੈ ਠੀਕ ਹੈ ਹੋਰ ਕਾਫੀ ਲੈ ਸਕ ਭਾਣਾ ਹੀ ਭਾਣ ਨਹੀਂ ਹੈ ਚੱਲਣ ਦੇ ਫਿਰ ਵੇਖੋ ਆ ਜਾਓ ਵੱਡੀ ਝੋਟੀ ਨਾਲੇ ਤੇ ਸੋਹਣੀ ਝੋਟੀ ਆ ਮੀਂਹ ਵੀ ਆ ਗਿਆ ਬਾਈ ਜੀ ਫਿਰ ਅਜੇ ਆ ਜਾਓ ਜੀ ਆ ਜਾਓ ਰੋਜ਼ ਹੀ ਪੈਂਦਾ ਸਹੀ ਗੱਲ ਚਲੋ ਠੀਕ ਆ ਹਾਂਜੀ ਬਾਈ ਜੀ ਫਿਰ ਹਾਂਜੀ ਚੱਲਣ ਦੋ ਸੋਹਣੀ ਝੋਟੀ ਆ ਝੋਟੀ ਲਾ ਲੋ ਮੱਝ ਲਾ ਲੋ ਦੁੱਧ ਵਾਲੇ ਬਾਜੀ ਬਸ 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 ਆ ਜਾਓ ਜੀ ਆ ਜਾਓ
ਦੇਖੋ ਠੀਕ ਹਾਂਜੀ ਭਾਅ ਜੀ ਆਜੋ ਨਹੀਂ ਠੀਕ ਹੈ ਭਾਜੀ ਮੈਂ ਦੁੱਧ ਵਾਲੀ ਮੱਝ ਹਾਂਜੀ ਪਚਾਸੀ ਹਜ਼ਾਰ ਦੇ ਚਲੋ ਠੀਕ ਆ ਰਾਣੀ ਸੁੰਦਰਾ ਇਹ ਵੀ ਸੂਈ ਆ ਉਹ ਕੱਟੀ ਹੈ ਮਾਰ ਅੱਛਾ ਮਹੀਨੇ ਦਾ ਲਾਓ ਬੱਚਾ ਮਹੀਨੇ ਲਾਓ ਦੁੱਧ ਥਲੇ ਅਗਲੇ 6 ਕਿਲੋ ਆਉਂਦੇ ਸੀ ਹਾਂਜੀ ਤੁਸੀਂ 6 ਲਾ ਲਓ 5 ਲਾ ਲਓ ਇਹ ਹੋ ਗਿਆ ਹਾਂ ਰੇਟ ਵੀ 5-6 ਦਾ ਬਸ ਠੀਕ ਆ ਹਾਂ ਲਓ ਜੀ ਅੱਜ ਹੀ ਆਈ ਆਪਣੇ ਦੇਖੋ ਬਸ ਠੀਕ ਹੈ 5-6 ਕਿਲੋ ਦੁੱਧ ਹਨਾ ਭਾਈ ਹਾਂਜੀ ਹਾਂਜੀ ਹਾਂ ਕਿੱਥੇ ਚਲੇ ਗਏ ਭਾਈ ਉਹ ਹੈ ਜੀ ਜਗਰਾਂ ਵਾਲੇ ਠੀਕ ਆ ਆ ਜਾਓ ਚਲੋ ਚੱਲਣ ਦੋ ਹਾਂਜੀ ਭਾਅ ਜੀ ਫਿਰ ਇਹ ਤੁਸੀਂ ਪਾਉਣਾ ਜੀ ਠੀਕ ਹੈ ਤਰਤਾਲੀ ਪਾ ਦੀਏ 40,000 ਦੀ ਦੇ ਦੀਏ ਅੱਛਾ ਅਜੇ ਥੱਲੇ ਮੈਨੂੰ ਲੱਗ ਰਿਹਾ 39,000 ਦੀ ਦੇ ਦੀਏ ਨਹੀਂ ਠੀਕ ਹੈ ਭਾਈ ਜੀ 38,000 ਦੀ ਦੇ ਦਿਓ ਬਿਲਕੁਲ ਬਿਲਕੁਲ ਜੀ ਬਿਲਕੁਲ ਦੋ ਦੋ 6 ਆਈ ਭੁੱਖੇ ਕਰੋ ਹਾਂਜੀ ਦੋ 5-6 ਕਿਲੋ ਤੁਹਾਨੂੰ ਸੇਵਾ ਕਰੋ ਜਦੋਂ ਝੋਟੀ ਮੈਂ ਕਰਾਈ ਚੈੱਕ ਝੋਟੀ ਸਵਾ ਕੁ ਮਹੀਨੇ ਦੀ ਡਾਕਟਰਾਂ ਦਾ ਵੀ ਚਾਂਸ ਹੈ 50-50 ਠੀਕ ਆ 50% ਲਿਖ ਵੀ ਸਕਦੀ 50% ਨਹੀਂ ਵੀ ਲਿਖ ਸਕਦੀ ਇੱਕ ਵਾਰ ਚੈੱਕ ਕਰਨਾ ਹੀ ਪੈਣੀ ਮਹੀਨੇ ਨੂੰ ਹਾਂਜੀ ਕੋਈ ਵੀ ਰੁਪਇਆ ਖਾਲੀ ਕਰਕੇ ਲੈ ਲੈ ਲਿਖਲੇ ਨਾ ਲਿਖਲੇ ਉਹ ਆਪਣੀ ਗਰੰਟੀ ਨਹੀਂ ਤੇ ਵੈਸੇ ਆਪਾਂ ਨੇ ਵੀ ਆਪਾਂ ਚੈੱਕ ਕਰਾਈ ਤੇ ਉਹ ਮਨਵਾਉਂਦੇ 2 ਮਹੀਨੇ ਉਹਨੇ ਡਾਕਟਰ ਨੇ ਕਿਹਾ ਮੰਗਾ 2 ਮਹੀਨੇ ਦੇਣੀ ਹਾਂਜੀ ਇਹ ਸਵਾ ਮਹੀਨੇ ਦੀ ਝੋਟੀ ਲੱਗਦੀ ਹੈ ਪਰ ਇੱਕ ਨੂੰ ਚੈੱਕ ਕਰਾਉਣੀ ਪੈਣੀ ਹੈ ਹਾਂਜੀ ਖਾਲੀ ਹੋਵੇ ਕਮਰ ਹੋਵੇ ਉਹਨਾਂ ਦੀ ਹਾਂਜੀ ਬਿਲਕੁਲ ਜੀ ਭਾਜੀ ਬਿਲਕੁਲ ਲਓ ਜੀ ਦੇਖੋ ਗਰਾਂ ਠੀਕ ਆ ਆ ਜਾਓ ਜੀ ਆ ਜਾਓ ਚਲੋ
ਠੀਕ ਆ ਦੁੱਧ ਨਹੀਂ ਲੈਂਦੀ ਭਾਈ ਜੀ? ਠੀਕ ਆ ਹਾਂਜੀ ਸੰਦੀਪ ਸਿੰਘ 45 ਤੇ ਹਾਂ 42,000 ਤਿਆਰ ਹੀ ਲਓ ਜੀ ਇਹ ਵੀ ਜੀ ਕੋਈ ਡੰਗਰ ਮਾਰ ਪਤਲਿਆ ਕੋਈ ਕਿਸੇ ਆਪਣਾ ਨਾ ਸਵੇਰੇ ਆਪਾਂ ਦੇ 4:30-5 ਵਜੇ ਦੇ ਠੀਕ ਹੈ ਭਾਈ ਜੀ ਠੀਕ ਹੈ ਲੈ ਜੂ ਭਾਈ ਜੀ ਟਾਈਮ ਨਾ ਇਹ ਹਾਂਜੀ ਹਾਂਜੀ ਹੋਰ ਖਰਾ ਸੀ ਹੱਤਾ ਲੈ ਜੇ 10 ਦਿਨ ਲੈ ਜੇ ਹੋਰ ਖਰਾ ਸੂ ਹੀ ਪਵੇ ਆ ਇਹ ਪਤਾ ਹੀ ਕੋਈ ਨਹੀਂ ਭਾਈ ਜੀ ਦਾ ਆ ਜਾਓ ਜੀ ਆ ਜਾਓ ਲਾਸਟ ਪੀਸੀ ਬਾਈ ਜੀ ਹਾਂਜੀ ਬਾਈ ਜੀ ਫਿਰ ਕਰ ਦੋ ਛੋੜ ਛੱਡ ਆਦੀ ਜੈਰ ਲਾਸਟ ਕਰ ਲਿਆ ਹਾਂ ਅੱਜ 85,000 ਦੀ ਆ ਸੂ ਕੇ ਬਾਅਦ ਚ ਵੇਖਾਂਗੇ ਕਿ ਨਹੀਂ ਜਾਨ ਦੇਦੀ ਕਿ ਨਹੀਂ ਨਹੀਂ ਚਲੋ ਜਾਨ ਬਿਲਕੁਲ ਮੈਂ ਬਹੁਤ ਚੰਗੀ ਚਲੋ ਦੇਖੋ ਜੀ ਆ ਪਸ਼ੂ ਆ ਪਰ ਹੁਣ ਇਹਦੇ ਉੱਪਰ ਰੱਬ ਦਾ ਨਾਂ ਹੀ ਹੈ ਜੀ ਠੀਕ ਹੈ ਬਾਕੀ ਆਓ ਮੇਰੇ ਵਿੱਚ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਨਾ ਬਾਈ ਜੀ ਹਾਂਜੀ ਚੈੱਕ ਕਰਕੇ ਥੱਲੀ ਕਰੋ ਹਾਂਜੀ ਨਾ ਵੀ ਕੋਈ ਖੜੇ ਤਾਂ ਸਾਡੀ ਜੋ ਗੱਲ ਕਮਾਂ ਦੁੱਧ ਦੀ ਸਾਡੀ ਗਰੰਟੀ ਹੋ ਬਿਲਕੁਲ ਛੱਡੇ ਦੀ ਗਰੰਟੀ ਇਹ ਨਹੀਂ ਇਕੱਲੇ ਚਵਾ ਪਸਵਾ ਦੀ ਦੁੱਧ ਵੀ ਲਾ ਲਊਗੀ ਕਿਲੋ ਸਾਡੇ ਉਧਰੋਂ ਦੀ ਹੋ ਸਕਦਾ ਯਾਰ ਬਿਲਕੁਲ ਉਹ ਗੱਲ ਕੋਈ ਵੱਡੀ ਗੱਲ ਨਹੀਂ ਸਾਰਿਆਂ ਨੂੰ ਹੋ ਜਾਂਦਾ ਬਾਕੀ ਜਿੱਥੋਂ ਲੈਣਾ ਤੁਸੀਂ ਮੇਰੇ ਥੱਲੀ ਕਰਕੇ ਲਓ ਚਲੋ ਨਾ ਦੇ 15 ਦੇ ਚੱਕਰ 'ਚ ਪਾਓ ਤਾਂ ਨਾ ਵੀ ਆ ਚੱਕਰ 'ਚ ਪਾਓ ਬਿਲਕੁਲ ਆਪਣੀ ਵੇਖ ਕੇ ਥੱਲੀ ਕਰਕੇ ਜਿਹੜੇ ਭੈਣ ਭਰਾ ਫਿਰ ਠੀਕ ਪਿੰਡ ਆਪਣਾ ਰਾਮਪੁਰਾ ਜੀ ਜ਼ਿਲ੍ਹਾ ਵੀ ਆਪਣਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਕੋਲ ਜੀ ਜਲੰਧਰ ਰੋਡ ਦੇ ਉੱਤੇ ਸਤਿ ਸ਼੍ਰੀ ਅਕਾਲ।